ਪ੍ਰੀਤ ਤਨ ਮਨ ਹਰਿਆ ਹੋਈ ਨਾਨਕ ਨਾਮ ਨਸਿਆ ਜਿਨ ਸਿਰਿਆ ਸਭ ਕੋਈ ਨਾਨਕ ਨਾਮ ਸੰਤ ਹੈ ਜਿਨਾ ਗੁਰਮੁਖ ਵਸਿਆ ਮਨ ਸੋਏ ਹਰ ਬੂਟੈ ਮਨ ਤਨ ਪਰਗੜੈ ਸਭ ਜਨ ਹਰਿਆ ਹੋਏ ਬਦੜੈ ਚਾਰੈ ਇੱਕ ਬਹੁਤ ਹੀ ਇਮਾਨਦਾਰ ਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਨ ਸਰਦਾਰ ਪ੍ਰਿਥੀਪਾਲ ਸਿੰਘ ਜੀ। ਸਰਦਾਰ ਪ੍ਰਿਥੀਪਾਲ ਸਿੰਘ ਜੀ ਨੇ ਆਪਣਾ ਸਮੁੱਚਾ ਜੀਵਨ ਸੱਚਾਈ ਤੇ ਚੱਲਦੇ ਬਿਤਾਇਆ। ਆਪ ਜੀ ਬਹੁਤ ਹੀ ਚੰਗੇ ਸੰਸਕਾਰ ਅਤੇ ਸਹਿਣਸ਼ੀਲਤਾ ਵਰਤੀ ਵਾਲੇ ਇਨਸਾਨ ਸਨ। ਗੁਰੂ ਘਰ ਪ੍ਰਤੀ ਸੱਚੀ ਸ਼ਰਧਾਵਾਨ ਸਨ ਅਤੇ ਹਰ ਇੱਕ ਗਰੀਬ ਦੀਨ ਦੁਖੀ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਮੌਜੂਦਾ ਸਮੇਂ ਵਿੱਚ ਵੀ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਬੀਤੇ ਦਿਨੀ ਸਰਦਾਰ ਪ੍ਰਿਥੀਪਾਲ ਸਿੰਘ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਮਾਡਲ ਟਾਊਨ ਲੁਧਿਆਣਾ ਵਿਖੇ ਪਾਏ ਗਏ। ਸਰਦਾਰ ਪ੍ਰਿਥੀਪਾਲ ਸਿੰਘ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ। ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨ ਸਹਿ ਮੀਤ ਜਗ ਰਚਨਾ ਤੈਸੇ ਰਚੇ ਕਉ ਨਾਨਕ ਸੁਣ ਮੀਤ ਪ੍ਰਾਣੀ ਕਛੂ ਨ ਚੇਤੇ ਮਦ ਮਾਇਆ ਕੈ ਅੰਦ ਕਉ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ ਦਉ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਦੇਹ ਓ ਨਾਨਕ ਸੁਨ ਰੇ ਮਨਾ ਦੁਰਲਭ ਮਾਨ ਸਿਰਾਨ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਗ ਰਿਓ ਬਿਸਰਿਓ ਗੋਬਿੰਦ ਨਾਮ ਕਉ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ ਪ੍ਰਾਣੀ ਰਾਮ ਨ ਚੇਤਈ ਮਨ ਮਾਇਆ ਕੈ ਅੰਦ ਸੁਖ ਮੈਂ ਮਉ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਤਮ ਕੋ ਤ੍ਰਾਸ ਕਉ ਨਾਨਕ ਹਰ ਭਜ ਮਨਾ ਨਿਰਭੈ ਪਾਵੈ ਵਾਸ ਜਤਨ ਬਹੁਤ ਮੈਂ ਕਰ ਰਿਓ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਉ ਨਾਨਕ ਭਜਿਓ ਰਾਖ ਨਿਓ ਭਗਵਾਨ ਬਾਰ ਜਵਾਕ ਕਛ ਔਰ ਔਰੈ ਕੀ ਔਰੈ ਪਈ ਇਤਵਤ ਰਿਓ ਉਠ ਗੌਰ ਨਾਨਕ ਪਾਸੀ ਕਲ ਪਰੀ ਨਾਨਕ ਤੇ ਜਗ ਜੀਤ ਜੇ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜੇ ਪ੍ਰਾਣੀ ਕੈ ਨਾਹੇ ਮਨ ਜੈਸੇ ਸੁਖਰ ਸਵਾਨ ਨਾਨਕ ਮਾਨੋ ਤਾਹੇ ਤਨ
ਸਵਾਮੀ ਕੋ ਗ੍ਰਹਿ ਜੋ ਸਦਾ ਸਵਾਦ ਤਜਤ ਨਹੀਂ ਨਿਤ ਨਾਨਕ ਏ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿਤ ਤੀਰਥ ਵਰਤੇ ਅਰਦਾਨ ਕਰ ਮਨ ਮੈਂ ਤਰੈ ਗੁਮਾਨ ਕਛ ਔਰ ਸੰਤ ਹੈ ਜਿਤ ਤਨ ਮਨ ਹਰਿਆ ਹੋਈ ਨਾਨਕ ਨਾਮ ਨਸਰੈ ਜਿਨ ਸਰੈ ਸਭ ਕੋਈ ਨਾਨਕ ਨਾਮ ਸੰਤ ਹੈ ਜਿਨਾ ਗੁਰਮੁਖ ਵਸਿਆ ਮਨ ਸੋਈ ਹਰ ਬੁੱਟੈ ਮਨ ਤਨ ਪਰਗੜੈ ਸਭ ਜਨ ਹਰਿਆ ਹੋਈ ਬੁੱਢੜੈ ਚਾਰੁ ਮਿਲੈ ਤੇਰਾ ਖੋ ਮਨ ਮਾਏ ਜਗ ਰਚਨਾ ਸਭ ਗੀਤ ਰਾਮ ਗਿਆਰ ਕਉ ਨਾਨਕ ਥਿਰ ਕਛ ਨਹੀਂ ਤਾਂ ਕੀ ਕੀਜੀਐ ਜੋ ਅਣਹੋਣੀ ਹੋ ਸਭ ਗੁਰ ਕੇ ਇੱਕ ਨਾਮ ਧਿਆਵੇ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦੇ ਪਾਵੇ ਆਇਆ ਹਕਾਰਾ ਚਰਨ ਵਾਰਾ ਰਾਮ ਨਾਮ ਸਮਾਇਆ ਜਗ ਅਮਰ ਟਲ ਤੋਲ ਠਾਕੁਰ ਭਗਤ ਹਰ ਪਾਇਆ ਹਰ ਭਾਣਾ ਗੁਰ ਭਾਇਆ ਗੁਰ ਜਾਇ ਹਰ ਪ੍ਰਭਾਸ ਜੀ ਰਾਮ ਕੋ ਤ੍ਰਾਸ ਕਉ ਨਾਨਕ ਹਰ ਭਜ ਮਨਾ ਨਿਰਭੈ ਪਾਵੇ ਵਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਉ ਨਾਨਕ ਭਜਿਓ ਰਾਖ ਲਿਓ ਭਗਵਾਨ ਬਾਲ ਜਵਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪੇ ਹਰ ਇੱਕ ਰੰਗ ਆਪੇ ਬਹੁਰੰਗੀ ਸਾਈ ਗੱਲ ਚੰਗੀ ਜੋ ਤਿਸ ਪਾਵੈ ਨਾਨਕਾ ਸਾਈ ਗੱਲ ਚੰਗੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਖਾ ਚਰਨ ਸਦਲ ਪੈ ਦਾਤੀ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਦੇ ਵਿੱਚ ਬੜੇ ਹੀ ਭਰੇ ਹੋਏ ਮਨਾਂ ਦੇ ਨਾਲ ਬੜੇ ਹੀ ਗਮਗੀਨ ਜੇ ਮਾਹੌਲ ਵਿੱਚ ਜੁੜ ਬੈਠੀ ਸਾਧ ਸਿੰਘ ਜੀਓ ਸਾਰੇ ਮੇਰੇ ਨਾਲ ਫਤਿਹ ਸਾਂਝੀ ਕਰੋ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਤਿਕਾਰਯੋਗ ਪਿੱਠੀ ਪਾਲ ਸਿੰਘ ਜੀ ਉਰਫ ਮਾਮਾ ਜੀ ਇੰਨੀ ਦੂਰ ਚਲੇ ਗਏ ਜਿੱਥੇ ਗਿਆ ਇਨਸਾਨ ਕਦੇ ਵੀ ਵਾਪਸ ਨਹੀਂ ਆ ਸਕਦਾ। ਉਹਨਾਂ ਦੇ ਸੰਬੰਧ ਵਿੱਚ ਸ੍ਰੀ ਖਾਨਪੁਰ ਸਾਹਿਬ ਦੇ ਭੋਗ ਪਾਏ ਗਏ, ਨਾਲ ਹੀ ਵਿਰਾਟ ਬਾਈ ਕੀਰਤਨ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਸਿੰਘ ਜੀ ਨੇ ਸਾਨੂੰ ਸਰਵਨ ਕਰਵਾਇਆ। ਇਸ ਉੱਤੇ ਕੋਈ ਸ਼ੱਕ ਨਹੀਂ, ਇਸ ਸੰਸਾਰ ਦੇ ਵਿੱਚ ਜਿਸਨੇ ਆਉਣਾ ਹੈ ਉਸਨੇ ਇੱਕ ਦਿਨ ਚਲੇ ਜਾਣਾ ਹੈ। ਪਰ ਜੇ ਮੈਂ ਕਹਾਂ ਕਿ ਅਸੀਂ ਭੁਲੇਖਾ ਨਹੀਂ, ਇਨਸਾਨ ਦੁਨੀਆਂ ਵਿੱਚ ਜੀਣ ਵਾਸਤੇ ਨਹੀਂ ਆਉਂਦਾ ਬਲਕਿ ਆਉਂਦਾ ਹੀ ਮਰਨ ਵਾਸਤੇ ਹੈ। ਲੇਕਿਨ ਸੰਗਤ ਜੀਓ ਕਈ ਇਨਸਾਨ ਐਸੇ ਹੁੰਦੇ ਹਨ, ਕਈ ਵਿਅਕਤੀ ਐਸੇ ਹੁੰਦੇ ਹਨ ਜਿਹੜੇ ਮਰ ਕੇ ਵੀ ਜਿੰਦਾ ਰਹਿੰਦੇ ਹਨ।
ਲੰਬੀ ਚੌੜੀ ਸਪੀਚ ਨਹੀਂ ਕਰਾਂਗਾ, ਸਿਰਫ 2-3 ਮਿੰਟ ਲਵਾਂਗਾ। ਉਹਨਾਂ ਬਾਰੇ ਭਗਤ ਕਬੀਰ ਜੀ ਕਿਤੇ ਕਮਾਲ ਦੇ ਸ਼ਬਦ ਕਹਿੰਦੇ ਹਨ, ਜਿੰਨੇ ਜਿਹੜੇ ਤੋਂ ਭਗਤ ਜਨ ਕਿਆ ਦਾਤਾ ਕਿਆ ਸਰੂਪ ਹੈ, ਉਸਦੇ ਮੁਤਾਬਕ ਉਹ ਬਹੁਤ ਭਗਤ ਵੀ ਸਨ ਔਰ ਨਾਲ ਹੀ ਨਾਲ ਆਪਣੇ ਵਿਚਾਰਾਂ 'ਚ ਬਹਾਦਰ ਸਨ ਔਰ ਨਾਲ ਹੀ ਨਾਲ ਦਾਨੀ ਸਨ। ਔਰ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਜਿਵੇਂ ਫਿਲਮ ਦੇ ਸੀਨ ਸਕਰੀਨ 'ਤੇ ਆ ਜਾਂਦੇ ਨੇ, ਪੁਰਾਣੀਆਂ ਯਾਦਾਂ ਆ ਜਾਂਦੀਆਂ ਹਨ। ਸਾਡੇ ਸਤਿਕਾਰਯੋਗ ਸਤਿਕਾਰਯੋਗ ਬਾਬਾ ਜਾਗਰ ਸਿੰਘ ਜੀ, ਸਾਡੀ ਸਤਿਕਾਰਯੋਗ ਵੱਡੀ ਭੈਣ ਮਾਮਾ ਸਮਾਨ ਬੀਬੀ ਅਨਜੀਤ ਕੌਰ ਅਮਰਜੀਤ ਕੌਰ ਜੀ ਅਤੇ ਸਰਦਾਰ ਜੀ ਆਪਣੇ ਇਤਿਪਾਲ ਸਿੰਘ ਜੀ, ਇਹਨਾਂ ਦੇ ਭਾਈ ਸਾਹਿਬ ਇਕਬਾਲ ਸਿੰਘ ਜੀ, ਦੂਸਰੇ ਭਾਈ ਸਾਹਿਬ ਸਾਰੇ ਅਸੀਂ ਆਪਣੇ ਰਿਸ਼ਤੇਦਾਰਾਂ ਤੋਂ ਚਲੇ ਗਏ। ਪੁਰਾਣੀ ਗੱਲ ਯਾਦ ਆਈ, ਜਦੋਂ ਭੈਣ ਅਮਰਜੀਤ ਸਿੰਘ ਦੇ ਹਸਬੈਂਡ ਇੱਕ ਕ੍ਰਾਸ ਕਰਨ ਲੱਗੇ ਸਿੰਘ ਰੇਲਵੇ ਪੁਲ ਨੂੰ, ਔਰ ਉੱਪਰੋਂ ਪਾਈਪ ਡਿੱਗਿਆ ਅਤੇ ਉਹ ਜਿਹੜੇ ਇੱਕ ਕਿਸਮ ਦੇ ਥੋੜ੍ਹੇ ਦਿਨ ਬਿਮਾਰ ਰਹਿਣ ਤੋਂ ਬਾਅਦ ਇਸ ਕੋਚ ਕਰ ਗਏ। ਉਸ ਵੇਲੇ ਭੈਣ ਅਮਰਜੀਤ ਕੌਰ ਜੀ ਜਿਹੜੇ ਨੂਰ ਵਾਲੀ ਸਨ, ਬੜੀ ਛੋਟੀ ਬਨੀ ਬ੍ਰੇਕਫਾਸਟ ਬਨੀ ਜੀ ਬਨੀ ਦੇ ਪ੍ਰਾਣੇ ਹੋ ਮੈਂ ਤਜੇ ਕਰਤਾ ਰਾਮ ਪਛਾਨ ਹੋ ਨਾਨਕ ਹੋ ਮੁਕਤ ਨਰ ਏ ਮਨ ਸਾਚੇ ਮਾਨ ਪੈਨਾਸਣ ਦੁਰਮਤ ਹਰਣ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨ ਕਰਨ ਸੁਣੋ ਹਰ ਨਾਮ ਕਉ ਨਾ ਲੋਭ ਮੋਹ ਅਹੰਕਾਰ ਕਉ ਨਾਨਕ ਆਪਣ ਤਰੈ ਔਰ ਨੇ ਤੇ ਉਧਾਰ
ਕਾਰਣੇ ਪ੍ਰਾਣੀ ਦੋਲਤ ਨੀਤ ਕੋਟਣ ਮੈਂ ਨਾਨਕ ਕੋ ਨਾਰਾਇਣ ਦੇ ਚੀਤ ਜੈਸੇ ਜਲ ਤੇ ਬੁਧ ਬੁਧਾ ਉਪਜੈ ਬਿਨ ਸੈ ਨੀਤ ਜਗ ਰਚਨਾ ਤੈਸੇ ਰਚੇ ਕਉ ਨਾਨਕ ਸੁਣ ਨੀਤ ਪ੍ਰਾਣੀ ਕਛੂ ਨ ਚੇਤੇ ਮਦ ਮਾਇਆ ਕੈ ਅੰਦ ਕਉ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ ਦਉ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਦੇਹ ਓ ਨਾਨਕ ਸੁਨ ਰੇ ਮਨਾ ਦੁਰਲਭ ਮਾਨ ਸਿਰਾਨ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਗ ਰਿਓ ਬਿਸਰਿਓ ਗੋਬਿੰਦ ਨਾਮ ਕਉ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ ਪ੍ਰਾਣੀ ਰਾਮ ਨ ਚੇਤਈ ਮਨ ਮਾਇਆ ਕੈ ਅੰਦ ਸੁਖ ਮੈਂ ਮੋ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਤਮ ਕੋ ਤ੍ਰਾਸ ਕਉ ਨਾਨਕ ਹਰ ਭਜ ਮਨਾ ਨਿਰਭੈ ਪਾਵੈ ਵਾਸ ਜਤਨ ਬਹੁਤ ਮੈਂ ਕਰ ਰਿਓ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਦਿਓ ਰਾਖ ਨਿਓ ਭਗਵਾਨ ਬਾਰ ਜਵਾਕ ਕਛ ਔਰੇ ਕੀ ਔਰੇ ਪਈ ਇਤਵਤ ਰਹਿ ਉਠ ਗੌਰ ਨਾਨਕ ਪਾਸੀ ਕਲ ਪਰੀ ਨਾਨਕ ਤੇ ਜਗ ਜੀਤ ਜੇ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜੇ ਪ੍ਰਾਣੀ ਕੈ ਨਾਹੇ ਮਨ ਜੈਸੇ ਸੁਕਰ ਸਵਾਨ ਨਾਨਕ ਮਾਨੋ ਤਾਹੇ ਤਨ ਸਵਾਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਏ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿਤ ਤੀਰਥ ਵਰਤੇ ਅਰਦਾਨ ਕਰ ਮਨ ਮੈਂ ਤਰੈ ਗੁਮਾਨ ਕਉ ਨਾਨਕ ਏ ਬਿਦ ਪਈ ਤਉ ਨ ਹਰ ਰਸਵੀਨ ਤੇਰਾ ਕੋ ਮਨ ਮਾਹੇ ਜਗ ਰਚਨਾ ਸਭ ਗੀਤ ਰਾਮ ਗਿਆਰ ਕਉ ਨਾਨਕ ਥਿਰ ਕਛ ਨਹੀਂ ਤਾਂ ਕੀ ਕੀਜੀਐ ਜੋ ਅਣਹੋਣੀ ਹੋ ਸਤਿਗੁਰ ਕੇ ਇੱਕ ਨਾਮ ਧਿਆਵੇ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ
ਆਇਆ ਹਕਾਰਾ ਚਰਨ ਵਾਰਾ ਰਾਮ ਨਾਮ ਸਮਾਇਆ ਜਗ ਅਮਰ ਟਲ ਤੋਨ ਠਾਕੁਰ ਭਗਤੇ ਹਰ ਪਾਇਆ ਹਰ ਭਾਣਾ ਗੁਰ ਪਾਇਆ ਗੁਰਜਾਇ ਹਰ ਪ੍ਰਭਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪੇ ਹਰ ਇੱਕ ਰੰਗ ਆਪੇ ਬਹੁਰੰਗੀ ਸਾਈ ਗੱਲ ਚੰਗੀ ਜੋ ਤਿਸ ਪਾਵੈ ਨਾਨਕਾ ਸਾਈ ਗੱਲ ਚੰਗੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਖਾ ਚਰਨ ਸਦਲ ਪੈ ਦਾਤੀ ਧਿਆਨ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਦੇ ਵਿੱਚ ਬੜੇ ਹੀ ਭਰੇ ਹੋਏ ਮਨਾਂ ਦੇ ਨਾਲ ਬੜੇ ਹੀ ਗਮਗੀਨ ਜੇ ਮਾਹੌਲ ਵਿੱਚ ਜੁੜ ਬੈਠੀ ਸਾਧ ਸਿੰਘ ਜੀਓ ਸਾਰੇ ਮੇਰੇ ਨਾਲ ਫਤਿਹ ਸਾਂਝੀ ਕਰੋ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਤਿਕਾਰਯੋਗ ਪਿੱਠੀ ਪਾਲ ਸਿੰਘ ਜੀ ਉਰਫ ਮਾਮਾ ਜੀ ਇੰਨੀ ਦੂਰ ਚਲੇ ਗਏ ਜਿੱਥੇ ਗਿਆ ਇਨਸਾਨ ਕਦੇ ਵੀ ਵਾਪਸ ਨਹੀਂ ਆ ਸਕਦਾ। ਉਹਨਾਂ ਦੇ ਸੰਬੰਧ ਵਿੱਚ ਸ੍ਰੀ ਖਾਨਪੁਰ ਸਾਹਿਬ ਦੇ ਭੋਗ ਪਾਏ ਗਏ, ਨਾਲ ਹੀ ਵਿਰਾਟ ਭਾਈ ਕੀਰਤਨ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਸਿੰਘ ਜੀ ਨੇ ਸਾਨੂੰ ਸਰਵਨ ਕਰਵਾਇਆ। ਇਸ ਉੱਤੇ ਕੋਈ ਸ਼ੱਕ ਨਹੀਂ, ਇਸ ਸੰਸਾਰ ਦੇ ਵਿੱਚ ਜਿਸਨੇ ਆਉਣਾ ਹੈ ਉਸਨੇ ਇੱਕ ਦਿਨ ਚਲੇ ਜਾਣਾ ਹੈ। ਪਰ ਜੇ ਮੈਂ ਕਹਾਂ ਕਿ ਅਸੀਂ ਭੁਲੇਖਾ ਨਹੀਂ, ਇਨਸਾਨ ਦੁਨੀਆਂ ਵਿੱਚ ਜੀਣ ਵਾਸਤੇ ਨਹੀਂ ਆਉਂਦਾ ਬਲਕਿ ਆਉਂਦਾ ਹੀ ਮਰਨ ਵਾਸਤੇ ਹੈ। ਲੇਕਿਨ ਸੰਗਤ ਜੀਓ ਕਈ ਇਨਸਾਨ ਐਸੇ ਹੁੰਦੇ ਹਨ, ਕਈ ਵਿਅਕਤੀ ਐਸੇ ਹੁੰਦੇ ਹਨ ਜਿਹੜੇ ਮਰ ਕੇ ਵੀ ਜ਼ਿੰਦਾ ਰਹਿੰਦੇ ਹਨ। ਲੰਬੀ ਚੌੜੀ ਸਪੀਚ ਨਹੀਂ ਕਰਾਂਗਾ, ਸਿਰਫ 2-3 ਮਿੰਟ ਲਵਾਂਗਾ। ਉਹਨਾਂ ਬਾਰੇ ਭਗਤ ਕਬੀਰ ਜੀ ਕਿਤੇ ਨੇ ਕਮਾਲ ਦੇ ਸ਼ਬਦ ਕਹਿੰਦੇ ਹਨ, ਜਿੰਨੇ ਜਿਹੜੇ ਤੋਂ ਭਗਤ ਜਨ ਕਿਆ ਦਾਤਾ ਕਿਆ ਸਰੂਪ ਹੈ। ਉਸਦੇ ਮੁਤਾਬਕ ਉਹ ਬਹੁਤ ਭਗਤ ਵੀ ਸਨ ਔਰ ਨਾਲ ਹੀ ਨਾਲ ਆਪਣੇ ਵਿਚਾਰਾਂ 'ਚ ਬਹਾਦਰ ਸਨ ਔਰ ਨਾਲ ਹੀ ਨਾਲ ਦਾਨੀ ਸਨ। ਔਰ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਜਿਵੇਂ ਫਿਲਮ ਦੇ ਸੀਨ ਸਕਰੀਨ 'ਤੇ ਆ ਜਾਂਦੇ ਨੇ, ਪੁਰਾਣੀਆਂ ਯਾਦਾਂ ਆ ਜਾਂਦੀਆਂ ਹਨ। ਸਾਡੇ ਸਤਿਕਾਰਯੋਗ ਸਤਿਕਾਰਯੋਗ ਬਾਬਾ ਜਾਗਰ ਸਿੰਘ ਜੀ, ਸਾਡੀ ਸਤਿਕਾਰਯੋਗ ਵੱਡੀ ਭੈਣ ਮਾਮਾ ਸਮਾਨ ਬੀਬੀ ਅਨਜੀਤ ਕੌਰ ਅਮਰਜੀਤ ਕੌਰ ਜੀ ਅਤੇ ਸਰਦਾਰ ਜੀ ਆਪਣੇ ਇੱਥੇ ਪਾਲ ਸਿੰਘ ਜੀ, ਇਹਨਾਂ ਦੇ ਭਾਈ ਸਾਹਿਬ ਇਕਬਾਲ ਸਿੰਘ ਜੀ, ਦੂਸਰੇ ਭਾਈ ਸਾਹਿਬ ਸਾਰੇ ਅਸੀਂ ਆਪਣੇ ਰਿਸ਼ਤੇਦਾਰਾਂ ਤੋਂ ਚਲੇ ਗਏ। ਪੁਰਾਣੀ ਗੱਲ ਯਾਦ ਆਈ ਜਦੋਂ ਭੈਣ ਅਮਰਜੀਤ ਸਿੰਘ ਦੇ ਹਸਬੈਂਡ ਇੱਕ ਕ੍ਰਾਸ ਕਰਨ ਲੱਗੇ ਸਿੰਘ ਰੇਲਵੇ ਪੁਲ ਨੂੰ ਔਰ ਉੱਪਰੋਂ ਪਾਈਪ ਡਿੱਗਿਆ ਅਤੇ ਉਹ ਜਿਹੜੇ ਇੱਕ ਕਿਸਮ ਦੇ ਥੋੜ੍ਹੇ ਦਿਨ ਬਿਮਾਰ ਰਹਿਣ ਤੋਂ ਬਾਅਦ ਇਸ ਕੋਚ ਕਰ ਗਏ। ਉਸ ਵੇਲੇ ਭੈਣ ਅਮਰਜੀਤ ਕੌਰ ਜੀ ਜਿਹੜੇ ਨੂਰ ਵਾਲੀ ਸਨ ਬੜੀ ਛੋਟੀ ਸਵੈਟਰ ਹੁੰਦਾ ਕਿਲੋ ਪੈਨ ਕਾਲਰ।